ਸਤਿ ਸ਼੍ਰੀ ਅਕਾਲ ਜੀ। ਸਟਾਰ ਕੈਨੇਡਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਮੈਂ ਹਾਂ ਤੁਹਾਡੇ ਨਾਲ ਖੁਸ਼ੀ ਸਰਾਂ। ਸੋ ਦੋਸਤੋ, ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਫੇਮਸ ਕੋਮੇਡੀਅਨ ਯਾਨੀ ਕਿ ਕਪਿਲ ਸ਼ਰਮਾ ਦੀ। ਕਪਿਲ ਸ਼ਰਮਾ ਦੇ ਘਰ ਆਇਆ ਇੱਕ ਨਵਾਂ ਮਹਿਮਾਨ। ਕਿਹੜਾ ਮਹਿਮਾਨ ਆਇਆ ਕਪਿਲ ਸ਼ਰਮਾ ਦੇ ਘਰ, ਜਾਣਨ ਲਈ ਦੇਖੋ ਸਾਡੀ ਅੱਜ ਦੀ ਖਾਸ ਰਿਪੋਰਟ। ਟੀਵੀ ਹੋਸਟ ਐਂਡ ਕੋਮੇਡੀਅਨ ਕਪਿਲ ਸ਼ਰਮਾ ਐਂਡ ਵਾਈਫ ਗਿੰਨੀ ਦੇ ਘਰ ਆਈ ਇਹ ਨਵੀਂ ਮਹਿਮਾਨ। ਕਪਿਲ ਸ਼ਰਮਾ ਪਿਤਾ ਬਣ ਗਏ ਨੇ, ਉਹਨਾਂ ਦੇ ਘਰ ਬੇਬੀ ਗਰਲ ਨੇ ਜਨਮ ਲਿਆ ਹੈ। ਇਸ ਗੱਲ ਦਾ ਖੁਲਾਸਾ ਖੁਦ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ। ਕਪਿਲ ਸ਼ਰਮਾ ਨੂੰ ਉਹਨਾਂ ਦੇ ਫੈਨਸ ਤੇ ਫੋਲੋਅਰਸ ਦੇ ਵੱਲੋਂ ਬੈਸਟ ਵਿਸ਼ਿਜ਼ ਮਿਲ ਰਹੀਆਂ ਨੇ। ਕਪਿਲ ਸ਼ਰਮਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਬਲੈਸਡ ਟੂ ਹੈਵ ਏ ਬੇਬੀ ਗਰਲ ਅਮੰਗ ਦਾ ਫੈਨਸ ਹੂ ਵਿਸ਼ ਦਾ ਕਪਲਸ ਔਨ ਦਾ ਹੈਪੀ ਨਿਊਜ਼ ਵਰ ਆਲਸੋ ਸੈਲੀਬ੍ਰਿਟੀ ਪਾਲਸ ਗੁਰੂ ਰੰਧਾਵਾ ਐਂਡ ਭੁਵਨ ਬੈਮ। ਸਿੰਗਰ ਗੁਰੂ ਰੰਧਾਵਾ ਟਵੀਟਡ, ਕੰਗਰੈਟਸ ਮਾਈ ਭਾਜੀ, I'm officially Chacha now. YouTuber and comedian Bhuvan also wished Kapil on the good news and said, Bhaiya, congratulations. Kapil Sharma ne apni college girlfriend Ginny de naal on December 12, 2018 nu Julandar de vich vyah karwaya si. The celebrations were attended by several celebrities including Deepika Padukone and Ranveer Singh. So Kapil Sharma de ghar ta ronak lagi hai. ਹੁਣ ਦੇਖਣਾ ਇਹ ਹੋਏਗਾ ਕਿ ਕਪਿਲ ਆਪਣੀ ਬੇਟੀ ਦਾ ਨਾਮ ਕੀ ਰੱਖਦੇ ਨੇ ਤੇ ਉਹਨਾਂ ਦੇ ਫੈਨਸ ਵੱਲੋਂ ਕਿਹੜੇ ਕਿਹੜੇ ਨਾਮ ਸੁਜੈਸਟ ਕੀਤੇ ਜਾਂਦੇ ਨੇ। ਸੋ ਦੋਸਤੋ, ਤੁਹਾਨੂੰ ਕੀ ਲੱਗਦਾ ਕਿ ਕਪਿਲ ਸ਼ਰਮਾ ਦੀ ਬੇਟੀ ਦਾ ਨਾਮ ਕੀ ਹੋਣਾ ਚਾਹੀਦਾ ਹੈ, ਕਮੈਂਟ ਕਰਕੇ ਆਪਣਾ ਸੁਜੈਸ਼ਨ ਜ਼ਰੂਰ ਦਿਓ। ਫਾਰ ਮੋਰ ਇਨਫੋਰਮੇਸ਼ਨ ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।